ਸਾਡੀ ਬੱਚੀ ਤੋਂ ਬਗੈਰ ਸਾਡੀ ਕਿਵੇਂ ਲੰਘੇਗੀ ਜੀ? ਤੁਸੀਂ ਅੱਜ ਜੋੜ ਕੇ ਵਸੀ ਰਿਹਾ ਤੇ ਮੰਗੇ ਵੀ ਆਸੂ ਖਾਨੇ ਆ ਸਾਡੀ ਖੁਦਾ ਵਾਸਤੇ ਕਰਕੇ ਸੁਣ ਲਾ। ਤੈਨੂੰ ਰੱਬ ਨੇ ਏਡਾ ਵੱਡਾ ਮੋਹਦਾ ਦਿੱਤਾ ਸਾਡੀ ਸੁਣ ਲਾ, ਵਸੀ ਰਿਆਜ ਸਾਡੀ ਸੁਣ ਲਾ, ਸਾਡੀ ਦੁਨੀਆਂ ਤੇ ਕੋਈ ਨੀ ਸੁਣਦਾ ਵੀ ਤੇਰੇ ਸੁਣ ਲਾ, ਸਾਡੀ ਰੱਬ ਵਾਸਤੇ ਸੁਣ ਲਾ, ਜਿੰਨਾ ਕਲਮਾ ਪੜਨਾ ਹੁੰਦਾ ਵਾਸਤੇ ਸੁਣ ਲਾ, ਜਿੰਦੀ ਨਮਾਜ਼ ਪੜਨਾ ਹੁੰਦਾ ਵਾਸਤੇ ਹੀ ਸੁਣ ਲਾ। ਕੋਈ ਵੀ ਦੁਨੀਆਂ ਦੇ ਵਿੱਚ ਹੈਗਾ ਜਿਹੜਾ ਸਾਹਿਬ ਸਿਰੇ ਸਾਡੀ ਸੁਣ ਲਵੇ, ਰੱਬ ਵਾਸਤੇ ਸੁਣ ਲਵੇ, ਸੂਰੇ ਮੁਹੰਮਦ ਦੇ ਵਾਸਤੇ ਸੁਣ ਲਵੇ, ਕਾਲੀ ਕਮਰੀ ਵਾਲੇ ਦੇ ਵਾਸਤੇ ਸਾਡੀ ਸੁਣ ਲਵੇ, ਸਾਨੂੰ ਸਾਡੀ ਬੱਚੀ ਲਿਆ ਦੇਵੇ, ਨਹੀਂ ਤੇ ਅਸੀਂ ਆਪਣੀ ਜ਼ਿੰਦਗੀ ਆਪ ਤਬਾਹ ਕਰ ਦਿਆਂਗੇ, ਅਸੀਂ ਆਪ ਰਾਮ ਮੌਤ ਮਰ ਜਾਂਗੇ। ਕੋਈ ਵੀ ਇਸ ਦੁਨੀਆਂ ਤੇ ਹੈਗਾ ਤਾਕਤ ਲੱਗ ਸਾਡੀ ਬੱਚੀ ਰੱਬ ਵਾਸਤੇ ਕਰਕੇ ਸਾਨੂੰ ਲੱਭ ਦੇਵੇ। ਬ੍ਰੇਕਿੰਗ ਨਿਊਜ਼ ਵਿਦ ਔਨ ਸ਼ਿਰਾਜ਼ੀ ਕੀ ਇੱਕ ਔਰ ਅਹਿਮ ਐਪੀਸੋਡ ਕੇ ਸਾਥ ਮੈਂ ਆਪਕੇ ਸਾਹਮਣੇ ਸੈਯਦ ਔਨ ਸ਼ਿਰਾਜ਼ੀ। ਨਾਜ਼ਰੀਨ ਜੈਸੇ ਆਪਕੋ ਮਾਲੂਮ ਹੈ ਕਿ ਹਮ ਆਪਕੇ ਸਾਹਮਣੇ ਅਹਿਮ ਖਬਰੇ ਲਾਤੇ ਹੈਂ, ਐਕਸਕਲੂਸਿਵ ਖਬਰੇ ਲਾਤੇ ਹੈਂ, ਵੋ ਖਬਰੇ ਲਾਤੇ ਹੈਂ ਜੋ ਆਮ ਮੀਡੀਆ ਹਾਊਸ ਆਪਕੋ ਨਹੀਂ ਦਿਖਾਤਾ, ਲੇਕਿਨ ਉਸਕੇ ਸਾਥ ਸਾਥ ਹਮ ਵੋ ਮਸਾਇਲ ਵੀ ਸਾਹਮਣੇ ਲਾਤੇ ਹੈ ਕਿ ਜਿਨ ਕੀ ਵਜਹ ਸੇ ਲੋਗੋ ਕਾ ਭਲਾ ਹੋ ਜਾਏ। ਹਮ ਘੋਟਕੀ ਕਾ ਮਾਮਲਾ ਆਪਕੇ ਸਾਹਮਣੇ ਲੈ ਕੇ ਆਏ ਔਰ ਹਮਾਰੀ ਜੋ ਵੀਡੀਓ ਹੈ ਵੋ ਵਾਇਰਲ ਹੋਣੇ ਕੇ ਬਾਅਦ ਬਕਾਇਦਾ ਤੌਰ ਪੇ ਐਕਸ਼ਨ ਹੁਆ, ਲੇਕਿਨ ਅਭੀ ਜੋ ਆਪਸੇ ਥੋੜੀ ਦੇਰ ਪਹਿਲੇ ਆਪਨੇ ਇੱਕ ਵੀਡੀਓ ਕਾ ਛੋਟਾ ਸਾ ਕਲਿਪ ਦੇਖਾ ਹੈ ਵੋ ਆਪਕੀ ਆਂਖੇ ਖੋਲਨੇ ਕੇ ਲੀਏ ਕਾਫੀ ਹੋਗਾ ਕਿ ਲਾਹੌਰ ਮੇਂ ਪੰਜਾਬ ਕੇ ਦਾਰੁਲ ਜੋ ਦਾਰੁਲ ਖਿਲਾਫਾ ਹੈ ਲਾਹੌਰ, ਵਹਾਂ ਪੇ ਕਿਆ ਹੋ ਰਹਾ ਹੈ, ਕਿਸ ਅੰਦਾਜ਼ ਮੇਂ 24 ਘੰਟੋਂ ਮੇਂ ਜੋ ਸ਼ਾਹਦਰਾ ਹੈ ਵਹਾਂ ਸੇ 3 ਬੱਚੀਆਂ ਅਗਵਾ ਹੋ ਚੁੱਕੀ ਹੈ ਔਰ ਯੇ ਬੱਚੀ ਜਿਸਕੇ ਵਾਲਦੈਨ ਕੋ ਆਪਨੇ ਰੋਤੇ ਹੋਏ, ਬਿਲ ਬੁਲਾਤੇ ਹੋਏ, ਚੀਖਤੇ ਹੋਏ ਔਰ ਇਨਸਾਫ ਕੇ ਲੀਏ ਗਿੜਗਿੜਾਤੇ ਹੋਏ ਦੇਖਾ ਹੈ, ਜੋ ਇਮਰਾਨ ਖਾਨ ਕੋ ਯੇ ਕਹਿ ਰਹੇ ਹੈ ਕਿ ਅੱਲਾ ਨੇ ਆਪਕੋ ਅਹੁਦਾ ਦਿਆ ਹੈ ਤੋ ਹਮਾਰੀ ਬੱਚੀ ਵਾਪਸ ਕਰੋ, ਯੇ ਵੀ ਸ਼ਾਹਦਰਾ ਕੇ ਰਹਿਸ਼ੀ ਹੈ, ਉਨਕੀ 13 ਸਾਲਾ ਬੇਟੀ ਉਸਮਾ ਜੋ ਕਿ ਸ਼ਾਹਦਰਾ ਕੇ ਇਲਾਕੇ ਬੇਗਮ ਕੋਟ ਕੀ ਰਹਿਸ਼ੀ ਹੈ, ਬੇਗਮ ਕੋਟ ਸੇ ਅਗਵਾ ਕਰ ਲੀ ਗਈ ਗੁਜ਼ਸ਼ਤਾ ਰੋਜ਼ ਔਰ ਪੁਲਿਸ FIR ਦਰਜ ਨਹੀਂ ਕਰ ਰਹੀ ਔਰ ਯੇ 24 ਘੰਟੋਂ ਮੇਂ ਤੀਸਰਾ ਵਾਕਿਆ ਹੈ ਕਿ ਇੱਕ 15 ਸਾਲ ਬੱਚੀ ਕੋ ਜੋ ਹੈ ਵੋ ਅਗਵਾ ਕਰ ਲਿਆ ਗਿਆ ਹੈ। ਅਗਵਾਕਾਰ ਕੌਣ ਹੈ, ਕਿਸ ਅੰਦਾਜ਼ ਮੇਂ ਕਾਮ ਕਰ ਰਹੇ, ਯੇ ਢੂੰਢਣਾ ਪੁਲਿਸ ਕਾ ਕਾਮ ਹੈ, ਲੇਕਿਨ ਯੇ ਚੀਖੇ ਜੋ ਹੈ, ਯੇ ਵਾਲਦੈਨ ਕੀ ਚੀਖੇ, ਇੱਕ ਬੇਬਸ ਬਾਪ ਕੀ ਚੀਖੇ, ਇੱਕ ਬੇਬਸ ਪਾਕਿਸਤਾਨੀ ਕੀ ਚੀਖੇ, ਯੇ ਕਹਿ ਰਹੀ ਹੈ ਕਿ ਮੁਝੇ ਇਨਸਾਫ ਚਾਹੀਏ ਔਰ ਦੂਸਰੀ ਸੂਰਤ ਮੇਂ ਵੋ ਯੇ ਵੀ ਕਹਿ ਰਹਾ ਹੈ ਕਿ ਹਮ ਆਪਣੀ ਬੇਟੀ ਕੇ ਬਗੈਰ ਕੈਸੇ ਜੀਏਂਗੇ, ਉਸੇ ਮਾਲੂਮ ਹੈ ਕਿ ਖੁਦਕੁਸ਼ੀ ਹਰਾਮ ਹੈ, ਲੇਕਿਨ ਵੋ ਖੁਦਕੁਸ਼ੀ ਕੀ ਵੀ ਬਾਤ ਕਰ ਰਹਾ ਹੈ, ਵੋ ਕਹਿ ਰਹਾ ਹੈ ਕਿ ਮੈਂ ਖੁਦਕੁਸ਼ੀ ਕਰ ਲੂੰਗਾ, ਮੇਰੀ ਬੇਗਮ ਖੁਦਕੁਸ਼ੀ ਕਰ ਲੇਗੀ, ਲੇਕਿਨ ਪੰਜਾਬ ਹਕੂਮਤ ਕਹਾਂ ਹੈ, ਕਹਾਂ ਸੋਏ ਹੋਏ ਹੈ ਉਸਮਾਨ ਬੁਜ਼ਦਾਰ, ਕਿਆ ਵੋ ਸਿਰਫ ਆਪਣੀ ਵਜ਼ਾਰਤ ਬਚਾਉਣਾ ਚਾਹਤੇ ਹੈ, ਕਿਆ ਪੰਜਾਬ ਕੇ ਵਜ਼ਰਾ ਆਪਣੀ ਕਾਰਕਰਦਗੀ ਕੀ ਸ਼ੀਟੇ ਬਣਾ ਰਹੇ ਹੈ ਔਰ ਉਹਨੇ ਆਵਾਮ ਸੇ ਕੁਛ ਲੈਣਾ ਦੇਣਾ ਨਹੀਂ ਹੈ, ਕੌਣ ਦੇਗਾ ਇਸ ਇਨਸਾਫ, ਕਿਆ ਵਜ਼ੀਰ ਆਜ਼ਮ ਇਮਰਾਨ ਖਾਨ ਜੋ ਕਹਤੇ ਥੇ ਮਦੀਨਾ ਕੀ ਰਿਆਸਤ ਬਣਾਊਂਗਾ, PM ਸਾਹਿਬ ਜੀ ਹੈ ਮਦੀਨਾ ਕੀ ਰਿਆਸਤ, ਕਿਆ ਬਾਪ ਗਿੜਗਿੜਾ ਕੇ ਕਹਿ ਰਹਾ ਹੈ ਕਿ ਮੇਰੀ ਬੇਟੀ ਕੋ ਬਾਯਾਬ ਕਰਾਓ ਵਰਨਾ ਮੈਂ ਖੁਦਕੁਸ਼ੀ ਕਰ ਲੂੰਗਾ, ਆਪਕੋ ਯੇ ਆਂਸੂ ਨਜ਼ਰ ਨਹੀਂ ਆ ਰਹੇ PM ਸਾਹਿਬ ਔਰ ਵਜ਼ੀਰ ਆਲਾ ਉਸਮਾਨ ਬੁਜ਼ਦਾਰ ਸਾਹਿਬ, ਕਿਆ ਆਪਕੋ ਯੇ ਆਂਸੂ ਨਜ਼ਰ ਨਹੀਂ ਆ ਰਹੇ, ਯੇ ਵੀਡੀਓ ਜਬ ਰਿਕਾਰਡ ਹੋਈ ਜਬ ਮੈਨੇ ਦੇਖੀ ਤੋ ਮੇਰੇ ਆਂਖੋਂ ਮੇਂ ਆਂਸੂ ਆ ਰਹੇ ਥੇ, ਲੇਕਿਨ ਸੰਗ ਦੇ ਹੁਕਮਰਾਨੋ ਕਿਆ ਯਹੀ ਮਦੀਨੇ ਕੀ ਰਿਆਸਤ ਹੈ ਜਹਾਂ ਇੱਕ ਬਾਪ ਭੀਖ ਮੰਗੇਗਾ, ਜਹਾਂ ਇੱਕ ਬਾਪ ਅੱਲਾ ਔਰ ਰਸੂਲ ਕਾ ਨਾਮ ਲੈ ਕੇ ਤੁਮਸੇ ਭੀਖ ਮੰਗੇਗਾ ਕਿ ਉਸਕੀ ਬੱਚੀ ਕੋ ਬਚਾ ਲੋ, ਉਸਕੀ ਬੱਚੀ ਕੋ ਬਚਾ ਲੋ, ਉਸਕੀ ਬੱਚੀ ਕੋ ਬਾਯਾਬ ਕਰਵਾ ਲੋ, ਤੋ ਯੇ ਵੀਡੀਓ ਹਮ ਇਸਕੀ ਮਜ਼ੀਦ ਆਪਕੇ ਸਾਹਮਣੇ
अगली वीडियो भी सामने ला रहे हैं। अभी आप इसके बाद वो भी वीडियो देखिएगा कि किस अंदाज में एक बाप भीख मांग रहा है लेकिन किसी के कान पे जू तक नहीं रिंग रही। कोई सब खामोश है, या हुकूमतें बन रही हैं, या वज़रा बदले जा रहे हैं, या हुकूमतों को तब्दील किया जा रहा है, या वज़ीर आला को नए लाने की और पुराने लाने की सोचे जा रही हैं, यहाँ पे मुफाहमतें हो रही हैं, लेकिन गरीब आवाम जो है वो किस अंदाज में उसके साथ जुल्म हो रहा है वो आप देख रहे हैं। ये जरा वीडियो दोबारा देखिए तो आपको पता चले कि किस अंदाज में एक बेबस बाप अपनी बेटी के लिए हुक्मरानों से, वो हुक्मरान जो मदीने की रियासत बनाने का कहते हैं, उनसे भीख मांग रहा है। साड़ी बच्ची तो बगैर साड़ी की वे लंगेगी जी। ਤੁਸੀਂ ਹੱਥ ਜੋੜ ਕੇ ਵਜ਼ੀਰ ਆਜ਼ਮ ਅੱਗੇ ਵੀ ਆਰਜ਼ੂ ਕਰਨੇ ਆ ਸਾਡੀ ਖੁਦਾ ਵਾਸਤੇ ਕਰਕੇ ਸੁਣ ਲਾ। ਤੈਨੂੰ ਰੱਬ ਨੇ ਇੱਡਾ ਵੱਡਾ ਮੌਜ਼ਾ ਦਿੱਤਾ ਸਾਡੀ ਸੁਣ ਲਾ। ਵਜ਼ੀਰ ਆਜ਼ਮ ਸਾਡੀ ਸੁਣ ਲਾ, ਸਾਡੀ ਦੁਨੀਆਂ ਤੇ ਕੋਈ ਨੀ ਸੁਣਦਾ ਵੀ ਤੇਰੇ ਸੁਣ ਲਾ ਸਾਡੀ ਰੱਬ ਵਾਸਤੇ ਸੁਣ ਲਾ, ਜਿੰਨਾ ਕਲਮਾ ਪੜ੍ਹਨਾ ਹੁੰਦਾ ਵਾਸਤੇ ਸੁਣ ਲਾ, ਜਿੰਦੀ ਨਮਾਜ਼ ਪੜ੍ਹਨਾ ਹੁੰਦਾ ਵਾਸਤੇ ਸੁਣ ਲਾ। ਕੋਈ ਵੀ ਦੁਨੀਆਂ ਦੇ ਵਿੱਚ ਹੈਗਾ ਜਿਹੜਾ ਐਸਾ ਅਫਸਰ ਸਾਡੀ ਸੁਣ ਲਵੇ, ਰੱਬ ਵਾਸਤੇ ਸੁਣ ਲਵੇ, ਸੂਰੇ ਮੁਹੰਮਦ ਦੇ ਵਾਸਤੇ ਸੁਣ ਲਵੇ, ਕਾਲੀ ਕਮਰੀ ਵਾਲੇ ਦੇ ਵਾਸਤੇ ਸਾਡੀ ਸੁਣ ਲਵੇ, ਸਾਨੂੰ ਸਾਡੀ ਬੱਚੀ ਲਿਆ ਦੇਵੇ, ਨਹੀਂ ਤੇ ਅਸੀਂ ਆਪਣੀ ਜ਼ਿੰਦਗੀ ਆਪ ਤਬਾਹ ਕਰ ਦਿਆਂਗੇ, ਅਸੀਂ ਆਪ ਰਾਮ ਮੌਤ ਮਰ ਜਾਂਗੇ। ਕੋਈ ਵੀ ਇਸ ਦੁਨੀਆਂ ਤੇ ਹੈਗਾ ਤਾਕਤ ਲੱਗ ਸਾਡੀ ਬੱਚੀ ਰੱਬ ਵਾਸਤੇ ਕਰਕੇ ਸਾਨੂੰ ਲੱਭ ਦੇਵੇ।